ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਮਕੌਰ ਸਾਹਿਬ ਦੀ ਜੰਗ ਇਤਿਹਾਸ ਦੀ ਉਹ ਅਜਬ ਘਟਨਾ ਹੈ ਜੋ ਖਾਲਸੇ ਦੇ ਤਨ ਮਨ ਨੂੰ ਸਦਾ ਤਰੋ ਤਾਜ਼ਾ ਰੱਖੇਗੀ। ਇਸ ਜੰਗ ਵਿੱਚ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਸ਼ਹਾਦਤ ਦਾ ਜਾਮ ਪੀ ਗਏ, ਉੱਥੇ ਹੀ ਗੁਰੂ ਸਾਹਿਬ ਦੇ ਬਹੁਤ ਪਿਆਰੇ ਕਈ ਸਿੰਘ ਸ਼ਹੀਦ ਹੋ ਗਏ। ਚਮਕੌਰ ਸਾਹਿਬ ਦੀ ਜੰਗ ਲਗਾਤਾਰ 72 ਘੰਟਿਆਂ ਤੱਕ ਚੱਲਦੀ ਰਹੀ। ਇਸ ਦੌਰਾਨ ਮੁਗਲਾਂ ਦਾ ਭਾਰੀ ਨੁਕਸਾਨ ਹੋਇਆ। ਚਮਕੌਰ ਸਾਹਿਬ ਦੀ ਜੰਗ ਸਮੇਂ ਪੰਜਾਂ ਪਿਆਰਿਆਂ ਦੇ ਹੁਕਮ 'ਤੇ ਗੁਰੂ ਸਾਹਿਬ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਚੋਲਾ ਪਹਿਨਾ ਕੇ, ਆਪ ਗੁਰੂ ਸਾਹਿਬ ਜੀ ਤਾੜੀ ਮਾਰ ਕੇ ਹਕੂਮਤੀ ਫੌਜਾਂ ਨੂੰ ਚੈਲੰਜ ਕਰਦਿਆਂ ਕੱਚੀ ਗੜੀ 'ਚੋਂ ਨਿਕਲ ਗਏ। ਭਾਈ ਸੰਗਤ ਸਿੰਘ ਜੀ ਅਤੇ ਭਾਈ ਸੰਤ ਸਿੰਘ ਜੀ ਅੰਤ ਤੱਕ ਚਮਕੌਰ ਦੀ ਲੜਾਈ ਲੜਦੇ ਹੋਏ ਸ਼ਹੀਦ ਹੋਏ। ਇਸ ਸਮੇਂ ਦੌਰਾਨ ਇਤਿਹਾਸ 'ਚ ਇੱਕ ਸਿੱਖ ਬੀਬੀ ਦਾ ਜ਼ਿਕਰ ਮਿਲਦਾ ਹੈ ਜਿਸ ਨੇ ਇਹਨਾਂ ਚਮਕੌਰ ਦੇ ਸ਼ਹੀਦਾਂ ਦਾ ਸੰਸਕਾਰ ਕੀਤਾ। ਇਸ ਦਲੇਰ ਅਤੇ ਜਾਂਬਾਜ ਸ਼ੇਰਨੀ ਦਾ ਨਾਮ ਬੀਬੀ ਹਰਸ਼ਰਨ ਕੌਰ ਵਜੋਂ ਮਿਲਦਾ ਹੈ। ਬੀਬੀ ਹਰਸ਼ਰਨ ਕੌਰ ਜੀ ਚਮਕੌਰ ਦੇ ਨੇੜੇ ਪਿੰਡ ਖੜੂੰਦ ਵਿੱਚ ਰਹਿੰਦੇ ਸੀ। ਇਤਿਹਾਸਕਾਰ ਲਿਖਦੇ ਨੇ ਚਮਕੌਰ ਸਾਹਿਬ ਦੀ ਜੰਗ ਦੀ ਸਮਾਪਤੀ ਤੋਂ ਬਾਅਦ ਸ਼ਾਹੀ ਫੌਜਾਂ ਨੇ ਪਿੰਡ ਪਿੰਡ ਜਾ ਕੇ ਐਲਾਨ ਕਰ ਦਿੱਤਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਉਹਨਾਂ ਦਾ ਪਰਿਵਾਰ ਸ਼ਹੀਦ ਹੋ ਗਿਆ ਹੈ। ਜਦੋਂ ਪਿੰਡ ਪਿੰਡ ਸਿਪਾਹੀਆਂ ਨੇ ਇਹ ਘੋਸ਼ਣਾ ਕਰ ਦਿੱਤੀ ਤਾਂ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਕਿਉਂਕਿ ਮੁਗਲ ਫੌਜਾਂ ਭਾਈ ਸੰਗਤ ਸਿੰਘ ਜੀ ਨੂੰ ਸ਼ਹੀਦ ਕਰਕੇ ਸਮਝ ਰਹੇ ਸੀ ਕਿ ਅਸੀਂ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਹੈ। ਇਹ ਘੋਸ਼ਣਾ ਜਦੋਂ ਪਿੰਡ ਖੜੂੰਦ 'ਚ ਹੋਈ ਤਾਂ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਬੀਬੀ ਹਰਸ਼ਰਨ ਕੌਰ ਜੀ ਦੇ ਕੰਨੀ ਪਈ। ਬੀਬੀ ਹਰਸ਼ਰਨ ਕੌਰ ਨੇ ਸੁਣਦਿਆਂ ਹੀ ਆਪਣੀ ਮਾਤਾ ਜੀ ਕੋਲੋਂ ਚਮਕੌਰ ਸਾਹਿਬ ਵੱਲ ਜਾਣ ਦੀ ਆਗਿਆ ਮੰਗੀ। ਮਾਤਾ ਜੀ ਨੇ ਆਪਣੀ ਧੀ ਹਰਸ਼ਰਨ ਕੌਰ ਨੂੰ ਕਿਹਾ, ਬੇਟਾ, ਮੁਗਲ ਫੌਜਾਂ ਦੇ ਇੰਨੇ ਵੱਡੇ ਘੇਰੇ 'ਚੋਂ ਤੁਸੀਂ ਚਮਕੌਰ ਦੀ ਗੜੀ 'ਚ ਕਿਵੇਂ ਪਹੁੰਚੋ? ਤਾਂ ਬੀਬੀ ਹਰਸ਼ਰਨ ਕੌਰ ਜੀ ਨੇ ਮਾਤਾ ਜੀ ਨੂੰ ਕਿਹਾ, ਮਾਤਾ ਜੀ, ਮੈਨੂੰ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ 'ਤੇ ਭਰੋਸਾ ਹੈ। ਉਹ ਮੇਰੇ ਅੰਗ ਸੰਗ ਸਹਾਈ ਹੋ ਕੇ ਮੈਨੂੰ ਕਾਮਯਾਬ ਕਰਨਗੇ। ਤੁਸੀਂ ਮੈਨੂੰ ਆਗਿਆ ਦਿਓ। ਧੀ ਦੇ ਗਰਜ ਦੇ ਬੋਲ ਸੁਣ ਕੇ ਮਾਂ ਨੇ ਸ਼ੇਰਨੀ ਧੀ ਨੂੰ ਘੁੱਟ ਕੇ ਗੱਲ ਨਾਲ ਲਾਇਆ ਅਤੇ ਅਰਦਾਸ ਕਰਕੇ ਜਾਣ ਦੀ ਆਗਿਆ ਬਖਸ਼ੀ। ਬੀਬੀ ਹਰਸ਼ਰਨ ਕੌਰ ਮੁਗਲ ਸਿਪਾਹੀਆਂ ਦੇ ਸਖ਼ਤ ਪਹਿਰੇ ਚੀਰਦੀ ਹੋਈ ਚਮਕੌਰ ਦੇ ਕਿਲੇ 'ਤੇ ਜਾ ਪਹੁੰਚੀ। ਬੀਬੀ ਹਰਸ਼ਰਨ ਕੌਰ ਨੇ ਗੜੀ ਦੇ ਅੰਦਰ ਜਾ ਕੇ ਦੇਖਿਆ ਕਿ ਚਾਰੇ ਪਾਸੇ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ, ਖੂਨ ਨਾਲ ਧਰਤੀ ਲਾਲ ਹੋਈ ਪਈ ਸੀ। ਬੀਬੀ ਜੀ ਨੇ ਬੜੀ ਬਹਾਦਰੀ ਅਤੇ ਦਲੇਰੀ ਦਾ ਸਬੂਤ ਦਿੰਦਿਆਂ ਜੰਗ ਦੇ ਮੈਦਾਨ ਵਿੱਚੋਂ ਸਾਹਿਬਜ਼ਾਦਿਆਂ ਅਤੇ ਸਿੰਘਾਂ ਦੇ ਸਰੀਰਾਂ ਨੂੰ ਇਕੱਤਰ ਕਰਕੇ ਅੰਗੀਠਾ ਸਜਾਇਆ ਗਿਆ। ਬੀਬੀ ਹਰਸ਼ਰਨ ਕੌਰ ਨੇ ਆਦਰ ਪੂਰਵਕ ਮਰਿਆਦਾ ਅਨੁਸਾਰ ਸ਼ਹੀਦਾਂ ਦਾ ਸੰਸਕਾਰ ਕਰਕੇ ਸ਼ਹੀਦਾਂ ਦੇ ਸਰੀਰਾਂ ਨੂੰ ਰੁਲਣ ਤੋਂ ਬਚਾ ਲਿਆ। ਗੁਰੂ ਸਾਹਿਬ ਦੀ ਬਹਾਦਰ ਧੀ ਬੀਬੀ ਹਰਸ਼ਰਨ ਕੌਰ ਨੇ ਪਹਿਲਾਂ ਮੁਗਲ ਸੈਨਾ ਦੀਆਂ ਸਾਰੀਆਂ ਲੱਕੜਾਂ ਚੁੱਕ ਕੇ ਵੱਡੀ ਚਿਖਾ ਤਿਆਰ ਕੀਤੀ, ਫਿਰ ਇੱਕ ਇੱਕ ਕਰਕੇ ਸਾਰੇ ਸ਼ਹੀਦਾਂ ਦੇ ਸਰੀਰਾਂ ਨੂੰ ਚਿਖਾ 'ਤੇ ਟਿਕਾਇਆ, ਫਿਰ ਆਪਣੇ ਹੱਥੀਂ ਮਰਿਆਦਾ ਅਨੁਸਾਰ ਸੰਸਕਾਰ ਕਰ ਦਿੱਤਾ। ਲਾਂਬੂ ਦੀ ਅੱਗ ਬਹੁਤ ਪ੍ਰਚੰਡ ਸੀ। ਦਲੇਰ ਸ਼ੇਰਨੀ ਮਿਆਨ 'ਚੋਂ ਤਲਵਾਰ ਬਾਹਰ ਖਿੱਚ ਕੇ ਚਿਖਾ ਦੀ ਰਾਖੀ ਕਰਦੀ ਖੜੀ ਸੀ। ਚਿਖਾ ਬਲਦੀ ਵੇਖ ਮੁਗਲ ਫੌਜਾਂ ਨੂੰ ਪਤਾ ਲੱਗ ਗਿਆ
ਰੌਲਾ ਪੈਣ ਤੇ ਸਾਰੇ ਸਿਪਾਹੀ ਜਾਗ ਪਏ। ਬੀਬੀ ਹਰਸ਼ਰਨ ਕੌਰ ਨੂੰ ਸਿਪਾਹੀਆਂ ਨੇ ਚਾਰ ਚੁਫੇਰਿਓ ਘੇਰਾ ਪਾ ਲਿਆ। ਬੀਬੀ ਹਰਸ਼ਰਨ ਕੌਰ ਨੇ ਸ਼ੇਰਨੀ ਵਾਂਗ ਮੁਗਲ ਸਿਪਾਹੀਆਂ ਦਾ ਟਾਕਰਾ ਕੀਤਾ। ਦਲੇਰ ਸਿੰਘਨੀ ਨੇ ਕਈ ਮੁਗਲਾਂ ਦੇ ਸਿਰ ਧੜ ਤੋਂ ਅਲੱਗ ਕਰ ਸੁੱਟੇ ਤੇ ਕਈ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਅਖੀਰ ਗੁਰੂ ਸਾਹਿਬ ਦੀ ਧੀ ਨੂੰ ਸਿਪਾਹੀਆਂ ਨੇ ਫੜ ਲਿਆ ਅਤੇ ਬੀਬੀ ਹਰਸ਼ਰਨ ਕੌਰ ਜੀ ਨੂੰ ਬਲਦੀ ਚਿਖਾ ਦੇ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਗਿਆ। ਸਿੱਖ ਇਤਿਹਾਸ ਤੋਂ ਪਤਾ ਚੱਲਦਾ ਹੈ ਕਿ ਬੀਬੀ ਹਰਸ਼ਰਨ ਕੌਰ ਜੀ ਚਮਕੌਰ ਦੀ ਜੰਗ 'ਚ ਸ਼ਹੀਦ ਹੋਏ ਭਾਈ ਪ੍ਰੀਤਮ ਸਿੰਘ ਦੀ ਸਿੰਘਣੀ ਸੀ। ਇਤਿਹਾਸ 'ਚ ਕਈ ਜਗ੍ਹਾ ਬੀਬੀ ਜੀ ਦਾ ਨਾਂ ਸ਼ਰਨ ਕੌਰ ਵਜੋਂ ਲਿਖਿਆ ਗਿਆ ਹੈ। ਬੀਬੀ ਹਰਸ਼ਰਨ ਕੌਰ ਜੀ ਚਮਕੌਰ ਦੇ ਜੰਗ ਦੀ ਆਖਰੀ ਸ਼ਹੀਦ ਸੀ। ਅੰਗੀਠੇ ਵਾਲੇ ਸਥਾਨ 'ਤੇ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ ਮੌਜੂਦ ਹੈ। ਬੀਬੀ ਹਰਸ਼ਰਨ ਕੌਰ ਨੇ ਵੱਡੇ ਸਾਹਿਬਜ਼ਾਦਿਆਂ ਅਤੇ ਸ਼ਹੀਦ ਸਿੰਘਾਂ ਦਾ ਅੰਤਿਮ ਸੰਸਕਾਰ ਕਰਕੇ ਬਹਾਦਰੀ ਭਰਿਆ ਕਾਰਨਾਮਾ ਕੀਤਾ। ਇਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਅੰਮ੍ਰਿਤ ਦੀ ਸ਼ਕਤੀ। ਸਿੱਖ ਧਰਮ 'ਚ ਜਦੋਂ ਜਦੋਂ ਵੀ ਬੀਬੀ ਹਰਸ਼ਰਨ ਕੌਰ ਜੀ ਦਾ ਨਾਮ ਲਿਆ ਜਾਂਦਾ ਹੈ ਤਾਂ ਸਾਰਿਆਂ ਦਾ ਉਹਨਾਂ ਦੀ ਸ਼ਹਾਦਤ ਅੱਗੇ ਸੀਸ ਝੁੱਕ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।